ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਗਜੀਤ ਸਿੰਘ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ ਯੂਟਿਊਬ ਚੈਨਲ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਜਿਹੜੇ ਕਿਸਾਨ ਵੀਰ ਅੱਜ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਆ ਜਾਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਆ, ਤਾਂ ਉਹ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਬਿਮਾਰੀ ਦੇ ਨਾਲ ਰਿਲੇਟਡ ਜਿੰਨੀ ਕੁ ਜਾਣਕਾਰੀ ਸਾਨੂੰ ਵੈਟਨਰੀ ਡਾਕਟਰਸ ਤੋਂ ਮਿਲਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਅਤੇ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਿਓ। ਕਿਸਾਨ ਵੀਰੋ, ਆਪਾਂ ਸਾਰੇ ਜਾਣਦੇ ਹਾਂ ਕਿ ਹੁਣ ਹਵਾ ਬਿਲਕੁਲ ਬੰਦ ਰਹਿਣ ਲੱਗ ਪਈ ਆ, ਗਰਮੀ ਵੱਧ ਗਈ ਆ, ਅਤੇ ਉਹਦੇ ਨਾਲ ਕੀ ਹੈ ਹਿਊਮਸ ਜਿਹੜੀ ਹੈਗੀ ਆ, ਹਿਊਮਿਡਿਟੀ ਉਹ ਜ਼ਿਆਦਾ ਵੱਧ ਰਹੀ ਹੈ। ਅਜਿਹੇ ਹਾਲਾਤਾਂ 'ਚ ਕੀ ਹੁੰਦਾ ਕਿ ਸਾਡੇ ਜਿਹੜੇ ਪਸ਼ੂ ਹੈ ਉਹਨਾਂ ਨੂੰ ਉਹ ਸਟ੍ਰੈਸ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ, ਅਤੇ ਜਿਹਦੇ ਨਾਲ ਇੱਕ ਭਿਆਨਕ ਰੋਗ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਦਾ, ਜਿਹਨੂੰ ਅਸੀਂ ਗੋਹੇ ਦਾ ਬੰਨ ਕਹਿ ਦਿੰਦੇ ਹਾਂ। ਇਹਦੇ ਤੋਂ ਬਚਣ ਲਈ ਕਿਸਾਨ ਵੀਰੋ, ਤੁਸੀਂ ਆਪਣੇ ਪਸ਼ੂਆਂ ਦੀਆਂ ਖੁਰਲੀਆਂ ਦੇ ਵਿੱਚ ਸੇਂਧਾ ਨਮਕ ਜਾਂ ਡਲੇ ਵਾਲਾ ਲੂਣ ਜਿਹੜਾ ਕਹਿ ਦਿੰਦੇ ਹਾਂ ਉਹ ਜ਼ਰੂਰ ਰੱਖ ਦਿਓ, ਜਿਹਦੇ ਨਾਲ ਉਹਨਾਂ ਦਾ ਹਾਜ਼ਮਾ ਜਿਹੜਾ ਉਹ ਤੰਦਰੁਸਤ ਬਣਿਆ ਰਹਿੰਦਾ, ਅਤੇ ਨਾਲ ਤੁਸੀਂ ਰੂਟੀਨ ਦੇ ਵਿੱਚ ਮਿੱਠਾ ਸੋਡਾ ਜਿਹਨੂੰ ਸੋਡੀਅਮ ਬਾਈਕਾਰਬੋਨੇਟ ਵੀ ਕਹਿ ਦਿੰਦੇ ਹਾਂ ਉਹ ਵੀ ਰੂਟੀਨ ਦੇ ਵਿੱਚ ਵਰਤਣਾ ਸ਼ੁਰੂ ਕਰ ਦਿਓ। ਇੱਕ ਕਿਸਾਨ ਵੀਰੋ, ਖਾਸ ਖਿਆਲ ਰੱਖੋ ਕਿ ਪਸ਼ੂਆਂ ਦੀ ਜਿਹੜੀ ਜਗ੍ਹਾ 'ਤੇ ਤੁਸੀਂ ਪਸ਼ੂਆਂ ਨੂੰ ਰਾਤ ਨੂੰ ਜਾਂ ਦਿਨੇ ਬੰਨ੍ਹਦੇ ਹਾਂ ਉਹਨਾਂ ਦੇ ਉੱਪਰ ਪੱਖੇ ਲਗਾ ਦਿਓ, ਤਾਂ ਕਿ ਹਵਾ ਦਾ ਪ੍ਰਬੰਧ ਰੂਟੀਨ ਦੇ ਵਿੱਚ ਚੱਲਦਾ ਰਹੇ, ਪਸ਼ੂਆਂ ਨੂੰ ਤਾਅ ਜਾਂ ਹੁੰਮਸ ਜਿਹੜਾ ਉਹ ਜ਼ਿਆਦਾ ਮਹਿਸੂਸ ਨਾ ਹੋਵੇ। ਇਹ ਤੋਂ ਬਿਨਾਂ ਤੁਸੀਂ ਦਿਨ ਦੇ ਵਿੱਚ 2 ਜਾਂ 3 ਵਾਰ, ਘੱਟੋ ਘੱਟ 3 ਵਾਰ ਤਾਂ ਜ਼ਰੂਰ ਇਹ ਕੋਸ਼ਿਸ਼ ਕਰੋ ਕਿ ਪਸ਼ੂਆਂ ਨੂੰ ਪਾਣੀ ਦੇ ਨਾਲ, ਤਾਜ਼ੇ ਪਾਣੀ ਦੇ ਨਾਲ ਤੁਸੀਂ ਨਹਾਉਂਦੇ ਰਹੋ, ਇਹਦੇ ਨਾਲ ਵੀ ਉਹਨਾਂ ਦਾ ਸਟ੍ਰੈਸ ਕੁਛ ਘਟੂਗਾ। ਕਿਸਾਨ ਵੀਰੋ, ਇਹ ਜੋ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਇੱਕ ਪਰਹੇਜ਼ ਹੈ, ਕਿਉਂਕਿ ਸਿਆਣੇ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਹਮੇਸ਼ਾ ਚੰਗਾ ਹੁੰਦਾ। ਇਹਦੇ ਨਾਲ ਤੁਹਾਡੇ ਪਸ਼ੂਆਂ ਨੂੰ ਕਾਫੀ ਹੱਦ ਤੱਕ ਫਾਇਦਾ ਰਹੂਗਾ, ਤੁਸੀਂ ਇਸ ਰੋਗ ਤੋਂ ਬਚੇ ਰਹੋਗੇ। ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਹੋਰ ਕਿਸਾਨ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦਿਓ ਜੀ, ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਧੰਨਵਾਦ ਸਰ।